ਗੋਇੰਦਵਾਲ ਸਾਹਿਬ ਦੇ ਸਨਅਤੀ ਖੇਤਰ ਦੇ ਵਿੱਚ ਸਕਰੈਪ ਫੈਕਟਰੀ 'ਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਫੈਕਟਰੀ ਮਾਲਕ 10 ਲੱਖਾਂ ਰੁਪਇਆ ਦਾ ਨੁਕਸਾਨ ਹੋਇਆ। ਦੱਸ ਦਿੰਦੇ ਹਾਂ ਕਿ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਅੱਗ ਨੂੰ ਬੁਝਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਗਏ। ਉਹਨਾਂ ਵੱਲੋਂ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ, ਪਰ ਫਾਇਰ ਬ੍ਰਿਗੇਡ ਮੌਕੇ ਉੱਤੇ ਨਾ ਪਹੁੰਚੇ, ਜਿੱਥੇ ਉਹਨਾਂ ਵੱਲੋਂ ਆਪਣੇ ਹੀ ਯਤਨ ਸ਼ੁਰੂ ਕਰ ਦਿੱਤੇ ਗਏ। ਦੱਸ ਦਿੰਦੇ ਹਾਂ ਕਿ ਫਾਇਰ ਬ੍ਰਿਗੇਡ ਦੇ ਨਾ ਪਹੁੰਚਣ ਕਾਰਨ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ। ਮੇਰਾ ਸਾਹਿਬ ਸਿੰਘ ਜੀ, ਆ ਜਿਹੜੀ ਫੈਕਟਰੀ ਅੱਗ ਲੱਗੀ, ਕਿੰਨੇ ਦੀ ਫੈਕਟਰੀ ਹੈ? ਇਹ ਜੀ ਆਪਣੇ ਦਿੱਲੀ ਦੇ ਬਾਊ ਜੀ ਉਹਨਾਂ ਦੀ। ਤੁਸੀਂ ਕੀ ਕਰਦੇ ਸੀ ਇੱਥੇ? ਮੈਂ ਦੇਖਭਾਲ ਹੀ ਨਾਲ ਕੰਮ। ਕਿੱਦਾਂ ਲੱਗੀ ਅੱਗ? ਇਹ ਬੈਕ ਸਾਈਡ ਤੋਂ ਨਾ ਕਿਸੇ ਨੇ ਅੱਗ ਲਗਾਈ ਸੀ ਘੇਰੇ ਘੇਰੇ ਸਾਈਡਾਂ ਤੋਂ, ਉਹ ਚਾਣ ਕੇ ਅੰਦਰ ਆਉਣ ਵਾਲੀ ਅੱਗ 'ਚ। ਕਿੰਨਾ ਕੁ ਨੁਕਸਾਨ ਹੋ ਜਾਂਦਾ? ਇਹਦੀ ਕੋਈ ਹਿਸਾਬ ਨਹੀਂ ਜੀ, ਤਾਂ ਮੈਂ ਕੁਝ ਕਹਿ ਨਹੀਂ ਸਕਦਾ। ਫੈਕਟਰੀ ਅੰਦਰ ਕੀ ਸੀ ਸਮਾਨ ਜਿਹੜਾ ਸੜਿਆ? ਹਾਂਜੀ, ਫੈਕਟਰੀ ਅੰਦਰ ਸਮਾਨ ਕੀ ਸੀ ਸਰ? ਇਹਦੇ ਵਿੱਚ ਹੈਗੀ ਸੀ ਚਾਹ ਪੱਤੀ ਸੀ ਅਤੇ ਹੋਰ ਦੂਜਾ ਵੇਸਟਿੰਗਾਂ ਦਾ ਮਾਲ ਸੀ ਜੀ। ਹਾਂਜੀ, ਕਿੰਨਾ ਕੁ ਤਕਰੀਬਨ ਨੁਕਸਾਨ ਹੋਇਆ? ਇਹਦਾ ਮੈਂ ਕੋਈ ਹਿਸਾਬ ਨਹੀਂ ਦੱਸ ਸਕਦਾ। ਰੋਡ ਦੇ ਲੱਗ ਪ੍ਰਸ਼ਾਸਨ ਦਾ? ਪ੍ਰਸ਼ਾਸਨ ਤਾਂ ਮੰਗ ਕਰਦੇ ਵੀ ਸਾਡੇ ਨਾਲ ਇਨਸਾਫ ਹੋਵੇ, ਸਾਡਾ ਜੋ ਮੁਆਵਜ਼ਾ ਬਣਦਾ ਉਹ ਦਿੱਤਾ ਜਾਵੇ। ਅੱਗ ਬੁਝਾਉਣ ਵਾਸਤੇ ਫਾਇਰ ਬ੍ਰਿਗੇਡ ਪਹੁੰਚੀ ਇੱਥੇ? ਹਾਂਜੀ ਜੀ, ਪਹੁੰਚੇ ਜੀ। GVK ਪਹਿਲੇ ਆਏ ਜੀ। ਕਿੰਨਾ ਕੁ ਚਿਰ ਤੋਂ ਪਹੁੰਚ ਗਈ ਇੱਥੇ GVK? ਤਾਂ ਜੀ 10-15 ਮਿੰਟ, 15-20 ਮਿੰਟ, ਅਤੇ ਬਾਕੀ ਜਿਹੜੀਆਂ ਉਹ ਘੰਟਾ ਅੱਧਾ ਘੰਟਾ ਲੇਟ ਆਈਆਂ ਜੀ ਗੱਡੀਆਂ। ਇੱਥੇ ਫਾਇਰ ਬ੍ਰਿਗੇਡ ਤਾਂ ਹੈ ਹੀ ਕੋਈ ਨਹੀਂ ਜੀ। ਹੈਗੀ ਆ ਜੀ, ਪਰ ਨਹੀਂ ਉਹ ਚਿੱਟਾ ਹਾਥੀ ਸਾਬਤ ਹੋਇਆ ਜੀ, ਗੱਡੀਆਂ ਨਹੀਂ ਹੈਗੀਆਂ ਅੰਦਰ, ਨਾ ਕੋਈ ਸਟਾਫ ਹੈਗਾ ਜੀ। ਪਹਿਲਾਂ ਵੀ ਅੱਗ ਲੱਗੀ ਇੱਥੇ? ਪਹਿਲਾਂ ਵੀ ਜੀ ਇੱਕ ਮੇਜਰ ਅੱਗ ਲੱਗੀ ਸਰਿੰਦਰਪਾਲ ਸਿੰਘ ਸੈਣੀ ਦੀ ਫੈਕਟਰੀ 'ਚ, ਉਹਨਾਂ ਦਾ ਵੀ ਕਰੋੜਾਂ ਰੁਪਈਆ ਨੁਕਸਾਨ ਹੋਇਆ। ਗੋਇੰਦਵਾਲ ਸਾਹਿਬ ਦੇ ਸਨਅਤੀ ਖੇਤਰ ਦੇ ਵਿੱਚ ਸਕਰੈਪ ਫੈਕਟਰੀ 'ਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਫੈਕਟਰੀ ਮਾਲਕ 10 ਲੱਖਾਂ ਰੁਪਇਆ ਦਾ ਨੁਕਸਾਨ ਹੋਇਆ। ਦੱਸ ਦਿੰਦੇ ਹਾਂ ਕਿ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਅੱਗ ਨੂੰ ਬੁਝਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਗਏ। ਉਹਨਾਂ ਵੱਲੋਂ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ, ਪਰ ਫਾਇਰ ਬ੍ਰਿਗੇਡ ਮੌਕੇ ਉੱਤੇ ਨਾ ਪਹੁੰਚੇ, ਜਿੱਥੇ ਉਹਨਾਂ ਵੱਲੋਂ ਆਪਣੇ ਹੀ ਯਤਨ ਸ਼ੁਰੂ ਕਰ ਦਿੱਤੇ ਗਏ। ਦੱਸ ਦਿੰਦੇ ਹਾਂ ਕਿ ਫਾਇਰ ਬ੍ਰਿਗੇਡ ਦੇ ਨਾ ਪਹੁੰਚਣ ਕਾਰਨ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ। ਮੇਰਾ ਸਾਹਿਬ ਸਿੰਘ ਜੀ, ਆ ਜਿਹੜੀ ਫੈਕਟਰੀ 'ਚ ਅੱਗ ਲੱਗੀ, ਕਿੰਨੇ ਦੀ ਫੈਕਟਰੀ ਹੈ? ਇਹ ਜੀ ਆਪਣੇ ਦਿੱਲੀ ਦੇ ਬਾਊ ਜੀ ਉਹਨਾਂ ਦੀ। ਤੁਸੀਂ ਕੀ ਕਰਦੇ ਸੀ ਇੱਥੇ? ਮੈਂ ਦੇਖਭਾਲ ਹੀ ਨਾਲ ਕੰਮ। ਕਿੱਦਾਂ ਲੱਗੀ ਅੱਗ? ਇਹ ਬੈਕ ਸਾਈਡ ਤੋਂ ਨਾ ਕਿਸੇ ਨੇ ਅੱਗ ਲਗਾਈ ਸੀ ਘੇਰੇ ਘੇਰੇ ਸਾਈਡਾਂ ਤੋਂ, ਉਹ ਚਾਣ ਕੇ ਅੰਦਰ ਆਉਣ ਵਾਲੀ ਅੱਗ 'ਚ। ਕਿੰਨਾ ਕੁ ਨੁਕਸਾਨ ਹੋ ਜਾਂਦਾ? ਇਹਦੀ ਕੋਈ ਹਿਸਾਬ ਨਹੀਂ ਜੀ, ਤਾਂ ਮੈਂ ਕੁਝ ਕਹਿ ਨਹੀਂ ਸਕਦਾ। ਫੈਕਟਰੀ ਅੰਦਰ ਕੀ ਸੀ ਸਮਾਨ ਜਿਹੜਾ ਸੜਿਆ? ਹਾਂਜੀ, ਫੈਕਟਰੀ ਅੰਦਰ ਸਮਾਨ ਕੀ ਸੀ ਸਰ? ਇਹਦੇ ਵਿੱਚ ਹੈਗੀ ਸੀ ਚਾਹ ਪੱਤੀ ਸੀ ਅਤੇ ਹੋਰ ਦੂਜਾ ਵੇਸਟਿੰਗਾਂ ਦਾ ਮਾਲ ਸੀ ਜੀ। ਹਾਂਜੀ, ਕਿੰਨਾ ਕੁ ਤਕਰੀਬਨ ਨੁਕਸਾਨ ਹੋਇਆ? ਇਹਦਾ ਮੈਂ ਕੋਈ ਹਿਸਾਬ ਨਹੀਂ ਦੱਸ ਸਕਦਾ। ਰੋਡ ਦੇ ਲੱਗ ਪ੍ਰਸ਼ਾਸਨ ਦਾ? ਪ੍ਰਸ਼ਾਸਨ ਤਾਂ ਮੰਗ ਕਰਦੇ ਵੀ ਸਾਡੇ ਨਾਲ ਇਨਸਾਫ ਹੋਵੇ, ਸਾਡਾ ਜੋ ਮੁਆਵਜ਼ਾ ਬਣਦਾ ਉਹ ਦਿੱਤਾ ਜਾਵੇ। ਅੱਗ ਬੁਝਾਉਣ ਵਾਸਤੇ ਫਾਇਰ ਬ੍ਰਿਗੇਡ ਪਹੁੰਚੀ ਇੱਥੇ? ਹਾਂਜੀ ਜੀ, ਪਹੁੰਚੇ ਜੀ। GVK ਪਹਿਲੇ ਆਏ ਜੀ। ਕਿੰਨਾ ਕੁ ਚਿਰ ਤੋਂ ਪਹੁੰਚ ਗਈ ਇੱਥੇ? GVK ਤਾਂ ਜੀ 10-15 ਮਿੰਟ, 15-20 ਮਿੰਟ, ਅਤੇ ਬਾਕੀ ਜਿਹੜੀਆਂ ਉਹ ਘੰਟਾ ਅੱਧਾ ਘੰਟਾ ਲੇਟ ਆਈਆਂ ਜੀ ਗੱਡੀਆਂ। ਇੱਥੇ ਫਾਇਰ ਬ੍ਰਿਗੇਡ ਤਾਂ ਹੈ ਹੀ ਕੋਈ ਨਹੀਂ ਜੀ। ਹੈਗੀ ਆ ਜੀ, ਪਰ ਨਹੀਂ ਉਹ ਚਿੱਟਾ ਹਾਥੀ ਸਾਬਤ ਹੋਇਆ ਜੀ, ਗੱਡੀਆਂ ਨਹੀਂ ਹੈਗੀਆਂ ਅੰਦਰ, ਨਾ ਕੋਈ ਸਟਾਫ ਹੈਗਾ ਜੀ। ਪਹਿਲਾਂ ਵੀ ਅੱਗ ਲੱਗੀ ਇੱਥੇ? ਪਹਿਲਾਂ ਵੀ ਜੀ ਇੱਕ ਮੇਜਰ ਅੱਗ ਲੱਗੀ ਸਰਿੰਦਰਪਾਲ ਸਿੰਘ ਸੈਣੀ ਦੀ ਫੈਕਟਰੀ 'ਚ, ਉਹਨਾਂ ਦਾ ਵੀ ਕਰੋੜਾਂ ਰੁਪਈਆ ਨੁਕਸਾਨ ਹੋਇਆ।